ਵੈਲਕਮ ਬੈਕ ਬਹੁਤ ਬਹੁਤ ਸਵਾਗਤ ਹੈ ਜੀ ਕਰੇਲੂ ਇਲਾਜ ਔਰ ਅੱਜ ਫਿਰ ਇੱਕ ਸ਼ਾਨਦਾਰ ਗੱਜ਼ਬ ਦਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਏ ਹਾਂ ਅੱਜ ਦਾ ਟੌਪਿਕ ਹੈ ਪੇਟ ਦੀ ਚਰਬੀ ਨੂੰ ਕਿਵੇਂ ਘਟਾਈਏ ਅੱਜ ਐਸਾ ਸ਼ਾਨਦਾਰ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿਉਂਕਿ ਮੈਂ ਪਹਿਲਾਂ ਤਿੰਨ ਚਾਰ ਵੀਡੀਓਜ਼ ਪਾ ਚੁੱਕੇ ਹਾਂ ਔਰ ਮੈਨੂੰ ਬਹੁਤ ਸੇ ਲੋਕਾਂ ਨੇ ਕਮੈਂਟ ਕਰਕੇ ਦੱਸਿਆ ਕਿ ਜੀ ਤੁਸੀਂ ਕੋਈ ਹੋਰ ਆਸਾਨ ਨੁਸਖਾ ਦੱਸੋ ਜਿਹਨੂੰ ਅਸੀਂ ਘਰ ਹੀ ਬਣਾ ਸਕੀਏ ਘਰ ਹੀ ਅਜ਼ਮਾ ਸਕੀਏ ਭਾਵੇਂ ਮਹੀਨੇ ਚਾਰ ਲੱਗ ਜਾਣ ਲੇਕਿਨ ਆਸਾਨ ਹੋਵੇ ਅੱਜ ਮੈਂ ਉਹੀ ਬਹੁਤ ਹੀ ਆਸਾਨ ਔਰ ਮੋਸਟ ਇੰਪੋਰਟੈਂਟਲੀ ਜਿਨ੍ਹਾਂ ਨੂੰ ਪੇਟ 'ਚ ਗੈਸ ਬਹੁਤ ਬੰਦੀ ਹੈ ਅਫਾਰਾ ਪੇਟ 'ਚ ਬਹੁਤ ਜ਼ਿਆਦਾ ਹੋ ਜਾਂਦਾ ਹੈ ਪੇਟ 'ਚ ਗੋਲਾ ਬਹੁਤ ਜ਼ਿਆਦਾ ਬੰਦਾ ਹੈ ਰਾਈਟ ਜਾਂ ਫਿਰ ਜਿਨ੍ਹਾਂ ਨੂੰ ਕਬਜ ਦੀ ਤਕਲੀਫ ਰਹਿੰਦੀ ਹੈ ਇਹ ਨੁਸਖਾ ਸਾਰੀਆਂ ਚੀਜ਼ਾਂ 'ਚ ਕੰਮ ਕਰੇਗਾ ਔਰ ਸਾਡੇ ਕੋਲ ਅਮੂਮਨ ਜਦੋਂ ਕੋਈ ਜੋੜਾਂ ਦੇ ਦਰਦਾਂ ਦੇ ਪੇਸ਼ੈਂਟ ਆਉਂਦੇ ਹੈ ਕਿਉਂਕਿ ਮੇਰਾ ਕੰਮ ਹੈ ਉਹਨਾਂ ਲੋਕਾਂ ਦੀ ਮਦਦ ਕਰਨਾ ਉਹ ਨਾ ਬਜ਼ੁਰਗਾਂ ਦੀ ਮਦਦ ਕਰਨਾ ਜਿਨ੍ਹਾਂ ਨੂੰ ਗੋਡਿਆਂ ਦੇ ਆਪਰੇਸ਼ਨ ਵਾਸਤੇ ਕਹਤਾ ਜਾਂਦਾ ਹੈ ਭਾਵੇਂ ਸਰਵਾਈਕਲ ਹੈ ਕਿਸੇ ਨੂੰ ਸਲਿਪ ਡਿਸਕ ਹੈ ਸਾਰਿਆਂ ਦੀ ਮਦਦ ਕਰਨਾ ਮੇਰਾ ਕੰਮ ਹੈ ਮੈਂ ਹਮੇਸ਼ਾ ਕਹਿੰਦਾ ਵਜ਼ਨ ਘਟਾ ਲਓ ਜੇ ਵਜ਼ਨ ਘਟ ਗਿਆ ਗੋਡੇ ਆਪਣੇ ਆਪ ਠੀਕ ਹੋ ਜਾਣਗੇ ਰਾਈਟ ਕਿਉਂ ਕਿਉਂਕਿ ਵਜ਼ਨ ਪੂਰਾ ਸਾਡੇ ਗੋਡਿਆਂ ਦੇ ਉੱਤੇ ਆਂਦਾ ਹੈ ਗੋਡੇ ਜਿਹੜੇ ਵੇਟ ਬੇਰਿੰਗ ਜੋਇੰਟਸ ਹਨ ਐਸੇ ਕਰਕੇ ਦਰਦਾਂ ਬਹੁਤ ਜ਼ਿਆਦਾ ਤਕਲੀਫ ਦੇ ਦਿੰਦੀਆਂ ਤੇ ਵਜ਼ਨ ਘਟਾਉਣ ਦੇ ਨਾਲ ਗੱਲ ਬਣ ਜਾਏਗੀ ਰਾਈਟ ਇਹ ਨੁਸਖਾ ਵਾਕਈ ਅਜ਼ਮਾਇਆ ਹੋਇਆ ਹੈ ਬਹੁਤ ਅੱਛਾ ਕੰਮ ਕਰਦਾ ਹੈ ਕਿਸ ਤਰ੍ਹਾਂ ਬਣਾਉਣਾ ਹੈ ਕਿਸ ਤਰ੍ਹਾਂ ਕਰਨਾ ਹੈ ਔਰ ਮੋਸਟ ਇੰਪੋਰਟੈਂਟਲੀ ਇਹ ਚਾਰ ਦੀਆਂ ਚਾਰ ਚੀਜ਼ਾਂ ਐਸ ਵੇਲੇ ਤੁਹਾਡੇ ਕਿਚਨ ਚ ਮੌਜੂਦ ਹੈ ਰਾਈਟ ਕਿਸ ਤਰ੍ਹਾਂ ਇਸ ਨੂੰ ਆਪਾਂ ਬਣਾਉਣਾ ਹੈ ਕਿਸ ਤਰ੍ਹਾਂ ਖਾਣਾ ਹੈ ਕਿੰਨੀ ਡੋਜ਼ ਲੈਣੀ ਹੈ ਆਓ ਦੇਖਦੇ ਹਾਂ ਚਾਰ ਚੀਜ਼ਾਂ ਨਜ਼ਰ ਆ ਰਹੀਆਂ ਹਨ ਪਹਿਲੀ ਚੀਜ਼ ਹੈ ਜੀ ਸਿੰਦਾ ਨਮਕ ਦੂਸਰੀ ਚੀਜ਼ ਹੈ ਜੀ ਨਿੰਬੂ ਤੀਸਰੀ ਚੀਜ਼ ਹੈ ਜੀ ਜੀਰਾ ਜੀਰਾ ਸਫੇਦ ਜਿਹੜਾ ਕਿ ਅਸੀਂ ਆਮ ਆਪਣੇ ਕਿਚਨ ਦੇ ਵਿੱਚ ਘਰਾਂ 'ਚ ਯੂਜ਼ ਕਰਦੇ ਹਾਂ ਸਫੇਦ ਜੀਰਾ ਔਰ ਚੌਥੀ ਚੀਜ਼ ਹੈ ਜੀ ਸੁੱਕਾ ਪੁਦੀਨਾ ਇਹ ਅਸੀਂ ਘਰ 'ਚ ਬਹੁਤ ਲਗਾਇਆ ਹੋਇਆ ਹੈ ਐ ਦੇਖੋ ਅਸੀਂ ਸੁਕਾ ਲਏ ਨੇ ਇਹਨੂੰ ਇਹ ਬਹੁਤ ਵਧੀਆ ਕੰਮ ਕਰਦਾ ਹੈ ਠੀਕ ਹੈ ਈਵਨ ਅਸੀਂ ਪਰੌਂਠਿਆਂ 'ਚ ਵੀ ਪਾ ਕੇ ਖਾਈਦਾ ਹੈ ਹੈਨਾ ਆਲੂ ਪਿਆਜ਼ ਦੇ ਪਰੌਂਠੇ ਕਦੀ ਬਣਾਓ ਯਾ ਕੋਈ ਵੀ ਮਤਲਬ ਪਰੌਂਠੇ ਬਣਾਓ ਉਹਦੇ ਅੰਦਰ ਤੁਸੀਂ ਸੁੱਕਾ ਪੁਦੀਨਾ ਪਾ ਕੇ ਦੇਖੋ ਕਿਆ ਫਲੇਵਰ ਆਏਗਾ ਅ ਡਾਈਜੈਸ਼ਨ ਕਮਾਲ ਹੋ ਜਾਏਗੀ ਠੀਕ ਹੈ ਸੁੱਕਾ ਪੁਦੀਨਾ ਚਾਰ ਚੀਜ਼ਾਂ ਕਿੰਨਾ ਕਿੰਨਾ ਲੈਣਾ ਹੈ ਉਹ ਦੱਸ ਦਾਂ ਜੀ ਸੁੱਕਾ ਪੁਦੀਨਾ ਲੈਣਾ ਤੁਸੀਂ 100 ਗ੍ਰਾਮ ਸਫੇਦ ਜੀਰਾ ਤੁਸੀਂ ਲੈਣਾ 100 ਗ੍ਰਾਮ ਠੀਕ ਹੈ ਸਫੇਦ ਜੀਰਾ ਲੈਣ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ ਤਵੇ ਤੇ ਭੁੰਨ ਲੈਣਾ ਥੋੜਾ ਜਿਹਾ ਤਵੇ ਤੇ ਸੇਕ ਕੇ ਉਸ ਤੋਂ ਬਾਅਦ ਠੰਡਾ ਕਰਕੇ ਇਹਨੂੰ ਅਲੱਗ ਪੀਸ ਲੈਣਾ ਇਹਨੂੰ ਅਲੱਗ ਪੀਸ ਲੈਣਾ ਦੋਨਾਂ ਨੂੰ ਅਲੱਗ-ਅਲੱਗ ਪੀਸ ਕੇ ਔਰ ਦੋਨਾਂ ਨੂੰ ਮਿਕਸ ਕਰ ਲੈਣਾ ਠੀਕ ਹੈ 100 ਗ ਤੇ ਉਹ ਇਹ ਦੋਨਾਂ ਦਾ ਪੀਸ ਕੇ ਜਿਹੜਾ ਮਿਕਸਚਰ ਬਣੇਗਾ ਉਹਦਾ ਇੱਕ ਚਮਚਾ ਆਪਣੇ ਮੂੰਹ ਚ ਪਾ ਕੇ 1 टीस्पून ਠੀਕ ਹੈ ਇੱਕ ਚਮਚਾ ਮੂੰਹ ਚ ਪਾ ਕੇ ਔਰ ਉਪਰੋਂ ਪਾਣੀ ਪੀ ਲੈਣਾ ਜੇ ਉਸ ਪਾਣੀ ਦੇ ਅੰਦਰ ਅੱਧਾ ਨਿੰਬੂ ਕੱਟ ਕੇ ਇਹ ਨਿੰਬੂ ਨਿਚੋੜ ਕੇ ਅੱਧਾ ਔਰ ਥੋੜਾ ਜਿਹਾ ਸਿੰਧਾ ਨਮਕ ਪਾ ਲੋਗੇ ਸੋਨੇ ਤੇ ਸੁਆਗਾ ਮਜ਼ਾ ਆ ਜਾਏਗਾ ਤੁਹਾਨੂੰ ਠੀਕ ਹੈ ਨਾ ਜਿਹੜਾ ਉਹ ਗਰਮ ਪਾਣੀ ਲੈਣਾ ਹੈ ਉਹਦੇ ਅੰਦਰ ਅੱਧਾ ਨਿੰਬੂ ਇਹ ਨਿਚੋੜ ਲੋ ਥੋੜਾ ਜਿਹਾ ਸਵਾਦ ਅਨੁਸਾਰ ਤੁਸੀਂ ਇਹ ਸਿੰਧਾ ਨਮਕ ਪਾ ਲੋ ਉਹਦੇ ਨਾਲ ਇਹਦਾ ਇੱਕ ਚਮਚਾ ਲੈ ਲੋ ਸਵੇਰੇ ਖਾਲੀ ਪੇਟ ਲਓ ਠੀਕ ਹੈ ਔਰ ਰਾਤੀ ਵੀ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਲੈ ਲਓ ਠੀਕ ਹੈ ਉਸ ਤੋਂ ਬਾਅਦ 1 ਘੰਟੇ ਤੱਕ ਕੁਝ ਨਹੀਂ ਖਾਣਾ ਪੀਣਾ ਉਸ ਤੋਂ ਬਾਅਦ ਹੀ ਖਾਓ ਜੋ ਵੀ ਖਾਣਾ ਪੀਣਾ ਹੈ ਠੀਕ ਹੈ ਇਹ ਕਮਾਲ ਹੋ ਜਾਏਗੀ ਜੇ ਕਿਸੇ ਕੋਲ ਸਮਾਂ ਹੈ ਬਹੁਤ ਅੱਛੀ ਗੱਲ ਹੈ ਜੇ ਕਿਸੇ ਕੋਲ ਸਮੇ ਦਾ ਅਭਾਵ ਹੈ ਫਿਰ ਤੁਹਾਨੂੰ ਮੈਂ ਇੱਕ ਰੈਡੀਮੇਡ ਚੀਜ਼ ਵੀ ਦੱਸਦਾ ਹਾਂ ਬੜੀ ਗਜ਼ਬ ਦੀ ਹੈ ਬਹੁਤ ਕਮਾਲ ਹੋ ਜਾਏਗੀ ਰਾਈਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਵੀਡੀਓ ਨੂੰ ਅੱਛੀ ਤਰ੍ਹਾਂ ਦੇਖ ਲਿਆ ਹੋਵੇਗਾ ਔਰ ਜੇ ਰੈਡੀਮੇਡ ਤੁਸੀਂ ਜੇ ਮੰਨ ਲਓ ਕਿਸੇ ਕੋਲ ਸਮੇ ਦੀ ਤਕਲੀਫ ਹੈ रेडीमेड वास्ते डाइट प्लान ਦਾ ਇਸਤੇਮਾਲ ਕਰ ਸਕਦੇ ਹੋ ਡਾਈਟ ਵਾਈਟ ਦਾ ਇਸਤੇਮਾਲ ਨਾਲ ਕਰ ਸਕਦੇ ਹੋ ਹਾਂ ਜੇ ਕਿਸੇ ਨੂੰ ਡਾਈਟ پلان ਚਾਹੀਦਾ ਹੈ ਇਹਦੇ ਨਾਲ ਬਿਹਤਰੀਨ ਡਾਈਟ پلان ਬਣਾ ਦੂੰਗਾ ਜਿਸ ਦੇ ਨਾਲ ਆਪਣੇ ਹਿਸਾਬ ਦੇ ਨਾਲ ਤੁਸੀਂ ਆਪਣਾ वजन ਘਟਾ ਸਕਦੇ ਹੋ ਆਪਣੀ ਏਜ ਆਪਣਾ weight اور ਆਪਣੀ height ਦੇ ਅਕੋਰਡਿੰਗ ਆਪਣੀ ਦਿਨਚਰਿਆ ਦੇ ਅਕੋਰਡਿੰਗ ਮੈਨੂੰ ਦੱਸੋ ਉਸ ਤੋਂ ਬਾਅਦ ਮੈਂ ਡਾਈਟ پلان ਬਣਾਵਾਗਾ ਐਜ਼ ਅ ਨਾਲ ਇਸਤੇਮਾਲ ਕਰੋ اور ਫਿਰ ਦੇਖੋ ਕਮਾਲ ਬਹੁਤ ਕਮਾਲ ਦੀ ਚੀਜ਼ ਹੈ ਡਾਈਟ ਵਾਈਟ ਰਾਈਟ ਤੇ ਦੋਨੋਂ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਜਿਹੜਾ ਤੁਹਾਨੂੰ ਅੱਛਾ ਲੱਗੇ ਉਸ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ রাইਟ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਇਸ ਨੁਸਖੇ ਦੇ ਨਾਲ ਸਬ ਦਾ ਪਲਾਉ ਹੋ ਸਕੇ ਸਬ ਦਾ ਪਲਾਉ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन